ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਪਰਚਾ ਦਰਜ ਹੋ ਗਿਆ ਹੈ ਧਾਰਾ 304, 323, 341 ਤੇ 506 ਦੇ ਤਹਿਤ। ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਦੋ ਹੋਰ ਸਾਥੀਆਂ ਤੇ ਪਰਚਾ ਦਰਜ ਹੋਇਆ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਗੈਰ ਅਦਾਲਤਨ ਕਤਲ ਦੇ ਤਹਿਤ FIR ਦਰਜ ਹੋਈ ਹੈ। ਦਰਅਸਲ ਗਾਇਕ ਬੁੱਗਾ ਅਤੇ ਉਸਦੇ ਭਰਾ ਦਵਿੰਦਰ ਭੋਲੇ ਦੇ ਦਰਮਿਆਨ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਹ ਜ਼ਮੀਨੀ ਵਿਵਾਦ ਦੀਆਂ ਵੀਡੀਓਜ਼ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈਆਂ, ਕਾਫੀ ਚਰਚਾ ਦਾ ਮੁੱਦਾ ਬਣਿਆ ਰਿਹਾ। ਗਾਇਕ ਸਤਵਿੰਦਰ ਬੁੱਗਾ ਅਤੇ ਉਸਦਾ ਭਰਾ ਭੋਲਾ ਤੇ ਦੋਨਾਂ ਦੀ ਇਸ ਲੜਾਈ ਦੇ ਦਰਮਿਆਨ, ਇਸ ਲੜਾਈ ਦੇ ਵਿੱਚ ਦਵਿੰਦਰ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਦਵਿੰਦਰ ਸਿੰਘ ਦੇ ਵੱਲੋਂ ਲਗਾਤਾਰ ਸਤਵਿੰਦਰ ਬੁੱਗਾ ਤੇ ਆਰੋਪ ਲਗਾਏ ਗਏ ਕਿ ਸਤਵਿੰਦਰ ਬੁੱਗਾ ਕਰਕੇ, ਸਤਵਿੰਦਰ ਬੁੱਗਾ ਨੇ ਜਿਹੜਾ ਧੱਕਾ ਮਾਰਿਆ ਉਸ ਕਰਕੇ ਉਸਦੀ ਪਤਨੀ ਦੀ ਜਾਨ ਚਲੀ ਗਈ ਹੈ। ਜਿਸ ਤੋਂ ਬਾਅਦ 20 ਦਿਨ ਹੋ ਗਏ ਦਵਿੰਦਰ ਭੋਲੇ ਨੇ ਆਪਣੀ ਪਤਨੀ ਯਾਨੀ ਕਿ ਬੁੱਗੇ ਦੀ ਭਾਬੀ ਦਾ ਸੰਸਕਾਰ ਨਹੀਂ ਕੀਤਾ, ਡੀਪ ਫ੍ਰੀਜ਼ਰ ਦੇ ਵਿੱਚ ਲਾਸ਼ ਰੱਖੀ ਹੋਈ ਹੈ। ਜਿਸ ਤੋਂ ਬਾਅਦ ਹੁਣ ਲਗਾਤਾਰ ਬੁੱਗੇ ਦੇ ਭਰਾ ਦੀ ਇਹੀ ਮੰਗ ਸੀ ਕਿ ਬੁੱਗੇ ਤੇ ਪਰਚਾ ਦਰਜ ਹੋਵੇ ਜਿਸ ਤੋਂ ਬਾਅਦ ਉਹ ਪਤਨੀ ਦਾ ਅੰਤਿਮ ਸੰਸਕਾਰ ਕਰੇਗਾ ਤੇ ਹੁਣ ਪੁਲਿਸ ਦੇ ਵੱਲੋਂ FIR ਦਰਜ ਕਰ ਲਈ ਗਈ ਹੈ। ਧਾਰਾ 304 ਗੈਰ ਅਦਾਲਤਨ ਕਤਲ, 323, 341, 506 ਦੇ ਤਹਿਤ ਸਤਵਿੰਦਰ ਬੁੱਗਾ ਅਤੇ ਇਸਦੇ ਦੋ ਹੋਰ ਸਾਥੀ ਜਿਹਨਾਂ ਨਾਮ ਹਰਵਿੰਦਰ ਸਿੰਘ ਅਤੇ ਹਜ਼ਾਰਾ ਸਿੰਘ, ਇਹਨਾਂ ਦੋਨਾਂ ਤੇ ਵੀ ਇਹ ਪਰਚਾ ਦਰਜ ਹੋਇਆ ਹੈ। ਜ਼ਮੀਨੀ ਝਗੜੇ ਦੌਰਾਨ ਬੁੱਗੇ ਦੀ ਭਾਬੀ ਦੀ ਮੌਤ ਹੋ ਗਈ ਸੀ। 20 ਦਿਨਾਂ ਤੋਂ ਘਰ ਦੇ ਵਿੱਚ ਬੁੱਗੇ ਦੀ ਭਾਬੀ ਦੀ ਲਾਸ਼ ਰੱਖੀ ਹੋਈ ਸੀ ਤੇ ਹੁਣ ਬੁੱਗੇ ਤੇ ਪਰਚਾ ਦਰਜ ਹੋ ਗਿਆ ਹੈ। ਲਗਾਤਾਰ ਬੁੱਗੇ ਦੇ ਭਰਾ ਦਾ ਇਹੀ ਕਹਿਣਾ ਸੀ ਕਿ ਪਹਿਲਾਂ ਬੁੱਗੇ ਖਿਲਾਫ ਪਰਚਾ ਦਰਜ ਹੋਵੇ ਤਾਂ ਹੀ ਉਹ ਆਪਣੀ ਪਤਨੀ ਦਾ ਸੰਸਕਾਰ ਕਰੇਗਾ। ਤਾਂ ਦੱਸ ਦਈਏ ਕਿ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦਵਿੰਦਰ ਭੋਲਾ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਆਪਸੀ ਝਗੜਾ ਚੱਲਦਾ ਆ ਰਿਹਾ ਸੀ, ਕਾਫੀ ਸੋਸ਼ਲ ਮੀਡੀਆ ਤੇ ਵੀ ਸਰਗਰਮ ਰਿਹਾ। 23 ਦਸੰਬਰ ਨੂੰ ਇਹਨਾਂ ਦੋਵਾਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲੇ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ, ਜਿਸ ਦੇ ਦਵਿੰਦਰ ਭੋਲਾ ਨੇ ਆਪਣੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਕਥਿਤ ਤੌਰ ਤੇ ਸਤਵਿੰਦਰ ਬੁੱਗਾ ਨੂੰ ਦੱਸਿਆ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਭੋਲਾ ਨੇ ਆਪਣੀ ਪਤਨੀ ਦਾ ਸੰਸਕਾਰ ਤੱਕ ਨਹੀਂ ਕੀਤਾ ਸੀ। 20 ਦਿਨ ਹੋ ਗਏ ਘਰ ਦੇ ਵਿੱਚ ਲਾਸ਼ ਰੱਖੀ ਹੋਈ ਸੀ। ਪਹਿਲਾਂ ਦਵਿੰਦਰ ਭੋਲਾ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਉਸਦੀ ਪਤਨੀ ਦਾ ਪੋਸਟਮਾਰਟਮ ਹੋਵੇ ਜਿਸ ਤੋਂ ਬਾਅਦ ਉਹ ਸੰਸਕਾਰ ਕਰੇਗਾ, ਤੇ ਕੁਝ ਦਿਨ ਪਹਿਲਾਂ ਪੋਸਟਮਾਰਟਮ ਵੀ ਹੋ ਗਿਆ। ਫਿਰ ਦਵਿੰਦਰ ਭੋਲੇ ਨੇ ਸੰਸਕਾਰ ਕਰਨ ਤੋਂ ਫਿਰ ਵੀ ਮਨਾ ਕਰ ਦਿੱਤਾ। ਫਿਰ ਉਸਦੀ ਮੰਗ ਸੀ ਕਿ FIR ਦਰਜ ਹੋਵੇ ਤੇ ਹੁਣ FIR ਬੁੱਗੇ ਤੇ ਦਰਜ ਹੋ ਗਈ ਹੈ। ਪੰਜਾਬੀ ਗਾਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਹੁਣ ਇਸ ਤੇ FIR ਦਰਜ ਹੋ ਗਈ ਹੈ। ਗੈਰ ਅਦਾਲਤਨ ਕਤਲ ਧਾਰਾ 304, 323, 341 ਤੇ 506 ਦੇ ਤਹਿਤ ਗਾਇਕ ਸਤਵਿੰਦਰ ਬੁੱਗਾ ਤੇ ਪਰਚਾ ਪੈ ਗਿਆ ਹੈ।